ਤੁਹਾਨੂੰ ਯਾਦ ਹੋਣਾ ਹੈ ਕਿ 29 ਮਈ ਦੀ ਚੰਦਰੀ ਸ਼ਾਮ ਤਕਰੀਬਨ 1:30 ਵਜੇ ਸੀ ਜਦੋਂ ਸਿੱਧੂ ਮੂਸੇਵਾਲਾ ਆਪਣੇ ਦੋ ਸਾਥੀਆਂ ਦੇ ਨਾਲ ਥਾਰ ਦੇ ਵਿੱਚ ਘਰੋਂ ਨਿਕਲਿਆ ਸੀ। ਰੀਕੀ ਕਰਨ ਵਾਲਿਆਂ ਨੇ ਦੱਸਿਆ ਜਿਸ ਦਾ ਨਾਮ ਸੰਦੀਪ ਕੇਕੜਾ ਹੈ ਕਿ ਕਈ ਦਿਨ ਤੋਂ ਅਸੀਂ ਪਿੱਛੇ ਲੱਗੇ ਹੋਏ ਸੀ। ਪ੍ਰਿਯਵਰਤ ਫੌਜੀ ਨੇ ਉਹ ਤੋਂ ਪਹਿਲਾਂ ਸ਼ਾਹਰੁਖ ਨੇ ਸਮੇਂ ਸਮੇਂ ਤੇ ਖੁਲਾਸੇ ਕੀਤੇ ਸੀ ਕਿ ਅਸੀਂ ਤਾਂ 20 ਅਗਸਤ 2021 ਤੋਂ ਪਿੱਛੇ ਲੱਗੇ ਹੋਏ ਸੀ, ਸਿੱਧੂ ਨੂੰ ਛੱਡਣਾ ਨਹੀਂ ਸੀ। ਹਾਂ, ਸਮੇਂ ਦਾ ਹੇਰ ਫੇਰ ਜ਼ਰੂਰ ਸੀ, ਪਰ ਆਖਰਕਾਰ ਉਹ ਕਲਹਿਣਾ ਦਿਨ ਚੜ੍ਹਦਾ ਹੈ 29 ਤਰੀਕ ਦਾ ਜਦੋਂ ਸਿੱਧੂ ਮੂਸੇਵਾਲਾ ਦਾ ਕਤਲ ਹੁੰਦਾ ਅਤੇ ਕਤਲ ਬੜੀ ਬੇਰਹਿਮੀ ਨਾਲ ਕੀਤਾ ਗਿਆ। ਕਈ ਗੋਲੀਆਂ ਤਾਂ ਸਰੀਰ 'ਚੋਂ ਨਿਕਲੀਆਂ ਸੀ, ਔਰ ਆਲੇ ਦੁਆਲੇ ਕੰਧਾਂ ਉਹਦੀ ਥਾਰ ਉਹ ਦੱਸਦੀ ਕਿ ਛਲਣੀ ਕੀਤੀਆਂ ਪਈਆਂ ਸੀ। ਪਹਿਲਾਂ AN-94 ਦਾ ਜ਼ਿਕਰ ਹੋਇਆ, ਫਿਰ AK-47 ਦਾ ਜ਼ਿਕਰ ਹੋਣ ਲੱਗਿਆ ਅਤੇ ਬਾਅਦ ਦੇ ਵਿੱਚ ਉਹ ਫੋਰੈਂਸਿਕ ਜਾਂਚ ਦੇ ਵਿੱਚ ਪਤਾ ਲੱਗ ਗਿਆ ਕਿ AN-94 ਨਹੀਂ AK-47 ਸੀ। ਬਾਅਦ ਦੇ ਵਿੱਚ ਜਿਹੜਾ ਹੋਰ ਅਸਲਾ ਵਰਤਿਆ ਗਿਆ ਉਹਦੀ ਵੀ ਫੋਰੈਂਸਿਕ ਜਾਂਚ ਦੇ ਵਿੱਚ ਪਤਾ ਲੱਗ ਗਿਆ ਸੀ ਕਿ ਕਿਹੜਾ ਅਸਲਾ ਸੀ। ਅਤੇ ਬਾਅਦ ਦੇ ਵਿੱਚ ਜਿਹੜੇ 3 ਸ਼ੂਟਰ ਫੜੇ ਗਏ ਸੀ ਉਹਨਾਂ ਦੇ ਵਿੱਚ ਅੰਕਿਤ ਸੇਰਸਾ ਸੀ, ਉਹਦੇ ਵਿੱਚ ਕਸ਼ਿਸ਼, ਉਹਦੇ ਵਿੱਚ ਪ੍ਰਿਯਵਰਤ ਫੌਜੀ। ਤਿੰਨਾਂ ਨੇ ਵੱਖ ਵੱਖ ਸਮੇਂ 'ਤੇ ਖੁਲਾਸੇ ਕੀਤੇ ਕਿ ਸਭ ਤੋਂ ਪਹਿਲਾਂ ਗੋਲੀ ਮਾਰੀ ਸਿੱਧੂ ਮੂਸੇਵਾਲੇ ਨੂੰ AK-47 ਨਾਲ ਮਨੂ ਕੁੱਸਾ ਨੇ। ਨਿਹਾਲ ਸਿੰਘ ਵਾਲਾ ਦੇ ਨੇੜੇ ਪੈਂਦਾ, ਉਸੇ ਤਹਿਸੀਲ ਦੇ ਵਿੱਚ ਪੈਂਦਾ, ਬੱਧਣੀ ਕਲਾਂ ਇਹਨਾਂ ਨੂੰ ਥਾਣਾ ਪੈਂਦਾ। ਹੁਣ ਸਵਾਲ ਇਹ ਸੀ, ਪੰਜਾਬ ਪੁਲਿਸ ਦੇ ਉੱਤੇ ਵੀ ਲਗਾਤਾਰ ਲੋਕ ਹਮਲਾਵਰ ਰੁੱਖ ਅਖਤਿਆਰ ਕਰ ਰਹੇ ਸੀ, ਇਹ ਕਾਰਨ ਤਾਂ ਦੱਸੋ ਬਈ। ਹੁਣ ਤੱਕ 6 ਦੇ ਵਿੱਚੋਂ 3 ਸ਼ੂਟਰ ਫੜੇ ਗਏ ਆ, 3 ਕਾਤਲ ਫੜੇ ਗਏ ਆ ਜਿਨ੍ਹਾਂ ਨੇ ਨੇੜੇ ਜਾ ਕੇ ਸਿੱਧੂ ਮੂਸੇਵਾਲੇ ਨੂੰ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ, ਥਾਂ ਢੇਰ ਕਰ ਦਿੱਤਾ ਕਿ ਪੰਜਾਬ ਪੁਲਿਸ ਦੇ ਹੱਥ ਖਾਲੀ ਦੇ ਖਾਲੀ। ਔਰ ਬੀਤੇ ਦਿਨੀ ਸ਼ਾਇਦ ਤੁਹਾਨੂੰ ਚੇਤਾ ਹੋਣਾ ਹੈ ਅਰਸ਼ ਜੀ ਕਿ ਪੰਜਾਬ ਨੇ ਆਪਣੇ DGP ਬਦਲ ਦਿੱਤੇ, DGP ਲਾ ਦਿੱਤੇ ਸੀ ਗੌਰਵ ਯਾਦਵ ਸਾਹਿਬ। ਯਾਦਵ ਸਾਹਿਬ ਹੋਰਾਂ ਨੇ ਪਹਿਲੀ ਪ੍ਰੈਸ ਕਾਨਫਰੰਸ ਕੀਤੀ ਕਿ ਪੰਜਾਬ ਦੇ ਵਿੱਚ ਜਿੰਨੇ ਗੈਂਗਸਟਰ ਨੇ, ਜਿੰਨੇ ਨਸ਼ਾ ਤਸਕਰ ਨੇ, ਆਪਣਾ ਬੋਰੀ ਬਿਸਤਰਾ ਗੋਲ ਕਰ ਲੈਣ, ਸਫਾਇਆ ਕਰਾਂਗੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ DGP ਨੂੰ ਲਾਉਣ ਤੋਂ ਪਹਿਲਾਂ ਵੀ DGP ਲਾ ਕੇ ਵੀ ਅਤੇ ਆਹ ਜਿਹੜਾ ਹਮਲਾ ਹੋਇਆ ਉਹਦੇ ਤੋਂ ਬਾਅਦ ਚਿੰਤਾ ਵੀ ਪ੍ਰਗਟਾਈ ਅਤੇ ਨਾਲ ਹੁਣ ਆ ਪੁਲਿਸ ਮੁਕਾਬਲੇ ਤੋਂ ਬਾਅਦ ਫਿਰ ਆਖਿਆ ਕਿ ਗੈਂਗਸਟਰਾਂ ਦਾ ਪੰਜਾਬ ਦੀ ਧਰਤੀ 'ਤੇ ਕੋਈ ਸਥਾਨ ਹੈ ਨਹੀਂ। ਉਹ ਪੜ੍ਹਿਆ ਵਿਚਾਰਨ, ਤੁਹਾਨੂੰ ਇਹ ਵੀ ਚੇਤਾ ਹੋਣਾ ਕਿ ਕੁਝ ਕੁ ਦਿਨ ਪਹਿਲਾਂ ਪੰਜਾਬ ਦੇ ਕਾਰਜਕਾਰੀ DGP ਦਰਬਾਰ ਸਾਹਿਬ ਨਤਮਸਤਕ ਹੋਏ ਅਤੇ ਉਸੇ ਦਿਨ ਸਿੱਧੂ ਮੂਸੇਵਾਲੇ ਦੇ ਘਰ ਗਏ। ਉਹ ਸਾਫ਼ ਇਸ਼ਾਰਾ ਸੀ ਕਿ ਲੋਕ ਕਹਿੰਦੇ ਅਸੀਂ ਕੁਝ ਕਰ ਨਹੀਂ ਰਹੇ, ਜੇ ਹੁਣ DGP ਘਰੇ ਜਾ ਕੇ ਖੁਦ ਕਹਿੰਦਾ ਕਿ ਵਿਸ਼ਵਾਸ ਰੱਖਿਓ ਕਾਰਵਾਈ ਪਊਗੀ, ਔਰ ਉਹ ਕਾਰਵਾਈ ਪੈ ਗਈ ਹੈ। ਅਤੇ ਸੱਚਮੁੱਚ ਏਡੀ ਕਾਰਵਾਈ ਹੈ ਕਿ 4 ਚੁਫੇਰੇ ਇਹਦੀ ਚਰਚਾ ਹੋ ਰਹੀ ਹੈ, ਕਿਉਂਕਿ ਜਿਹੜੇ ਸਵਾਲ ਉਠਾਏ ਜਾ ਰਹੇ ਸੀ ਕਿ ਤੁਹਾਨੂੰ ਤਾਂ ਕੋਈ ਵੀ ਜਿੰਨਾ ਵੀ ਕਾਤਲ ਸੀ 3 ਦੇ ਵਿੱਚੋਂ ਕੋਈ ਵੀ ਨਹੀਂ ਹੱਥ ਲੱਗਿਆ, ਔਰ ਫਿਰ ਸੱਚਮੁੱਚ ਹੈਰਾਨੀਜਨਕ ਉਹ ਵੀ ਗੱਲ ਸੀ ਕਿ 21 ਜੂਨ ਦੀ ਇੱਕ ਵੀਡੀਓ ਹੱਥ ਲੱਗੀ ਸੀ, ਔਰ ਵੀਡੀਓ ਕਿਵੇਂ ਹੱਥ ਲੱਗੀ ਉਹਦੇ ਪਿੱਛੇ ਵੀ ਕਾਰਨ ਸਨ ਕਿ ਜਿਹੜਾ ਅੰਕਿਤ ਸੇਰਸਾ ਗ੍ਰਿਫਤਾਰ ਕੀਤਾ ਗਿਆ, ਛੋਟੀ ਉਮਰ ਦਾ ਮੁੰਡਾ ਹੈ, 19 ਵਰਿਆਂ ਦੀ ਉਮਰ ਹੈ ਉਹਦੀ। ਉਹਨੇ ਦੱਸਿਆ, ਪ੍ਰਿਯਵਰਤ ਫੌਜੀ ਨੇ ਦੱਸਿਆ ਕਿ ਜਿਸ ਦਿਨ ਅਸੀਂ ਕਤਲ ਕੀਤਾ, ਕਤਲ ਤੋਂ ਬਾਅਦ ਜਦੋਂ ਅਸੀਂ ਫਰਾਰ ਹੁੰਦੇ ਸੀ, ਫਰਾਰ ਹੋਣ ਦੇ ਵਕਤ ਆ ਜਿਹੜੇ 3 ਦੀਪਕ ਮੁੰਡੀ ਇਹਦੇ ਨਾਲ ਨਾਲ ਮਨੂ ਕੁੱਸਾ ਅਤੇ ਰੂਪਾ ਇਹ ਨਹੀਂ ਸਾਡੇ ਨਾਲ ਗਏ। ਪੁੱਛਿਆ ਕਿੱਥੇ, ਕਹਿੰਦੇ ਉਹਨਾਂ ਨੇ ਸਾਨੂੰ ਕਿਹਾ ਸੀ ਕਿ ਤੁਸੀਂ ਦੌੜ ਕੇ ਜਿੱਥੇ ਮਰਜ਼ੀ ਜਾਓ ਪਰ ਅਸੀਂ ਪੰਜਾਬ 'ਚ ਹੀ ਰਹਿਣਾ। ਜਦੋਂ ਆਹ ਗੱਲ ਸਾਹਮਣੇ ਆ ਗਈ ਕਿ ਅਸੀਂ ਪੰਜਾਬ 'ਚ ਹੀ ਰਹਿਣਾ, ਪੰਜਾਬ ਪੁਲਿਸ ਪੱਬਾਂ ਭਾਰ ਹੋ ਗਈ ਕਿ ਜਿੱਥੋਂ ਇਹ ਕਾਂਡ ਹੋਇਆ ਉਹਦੇ ਤੋਂ ਬਾਅਦ ਉਹ ਫਰਾਰ ਤਾਂ ਹੋਏ ਨੇ, ਆਪਾਂ ਜਿੱਥੇ ਜਿੱਥੇ ਕਿਤੇ ਵੀ CCTV ਕੈਮਰੇ ਲੱਗੇ ਨੇ ਕਢਾ ਕੇ ਦੇਖੀਏ। ਸਮਾਲਸਰ ਦੇ ਵਿੱਚ ਫਿਰ ਇਹ ਇੱਕ CCTV ਕੈਮਰੇ ਦੇ ਵਿੱਚ 21 ਤਰੀਕ ਸੀ, 21 ਜੂਨ ਨੂੰ ਇੱਕ ਚੋਰੀ ਦੇ ਮੋਟਰਸਾਈਕਲ 'ਤੇ ਜਾਂਦੇ ਦੇਖੇ ਗਏ। ਉਹਦੇ ਤੋਂ ਬਾਅਦ ਪੰਜਾਬ ਪੁਲਿਸ ਨੇ ਦੱਸਿਆ ਕਿ 600 ਥਾਵਾਂ ਤੋਂ ਅਸੀਂ ਵੱਖ ਵੱਖ CCTV ਫੁਟੇਜ ਇਕੱਤਰ ਕੀਤੀ, ਜਿੱਥੋਂ ਦਰਅਸਲ ਸੂਹ ਮਿਲ ਗਈ ਕਿ ਬਿਲਕੁਲ ਅੰਕਿਤ ਸੇਰਸਾ ਸੱਚੀ ਕਹਾਣੀ ਦੱਸ ਰਿਹਾ ਕਿ ਉਹ ਪੰਜਾਬ 'ਚ ਨੇ। ਔਰ ਜਦੋਂ ਇਹ ਪਤਾ ਲੱਗ ਗਿਆ ਕਿ ਬਹੁਤੇ ਜਿਹੜੇ CCTV ਕੈਮਰਿਆਂ 'ਚੋਂ ਨਜ਼ਰ ਆਏ, ਹਾਲਾਂਕਿ ਪੁਲਿਸ ਨੇ ਇਸ ਗੱਲ ਦਾ ਬਿਲਕੁਲ ਖੁਲਾਸਾ ਨਹੀਂ ਕੀਤਾ ਕਿਤੇ, ਕਿਉਂਕਿ ਆਮ ਤੌਰ 'ਤੇ ਬਹੁਤ ਸਾਰੇ ਆਪਣੇ ਵੀ ਦਰਸ਼ਕ ਨੇ ਕਿ ਜੀ ਪਹਿਲਾਂ ਪੁਲਿਸ ਹੱਥ 'ਤੇ ਹੱਥ ਰੱਖੀ ਬੈਠੀ ਸੀ, ਪੁਲਿਸ ਹਰ ਕੋਈ ਜਾਣਕਾਰੀ ਨਹੀਂ ਸਾਂਝੀ ਕਰ ਸਕਦੇ। ਇਹ ਤਾਂ ਚਲੋ ਫਿਰ ਵੀ ਚੰਗਾ ਕਿ ਪੰਜਾਬ ਪੁਲਿਸ ਦੱਸਦੀ ਰਹੀ, ਆਪਾਂ ਇੱਥੇ ਦੇਖਿਆ ਕਿਸੇ ਦਾ ਕਤਲ ਹੋ ਜਾਵੇ ਉਹ ਘਰਦਿਆਂ ਨੂੰ ਵੀ ਨਹੀਂ ਦੱਸਦੇ, ਉਹ ਕਹਿੰਦੇ ਜਾਂਚ ਦਾ ਵਿਸ਼ਾ ਹੈ। ਸਿਰਫ ਤੁਹਾਨੂੰ ਇੰਨਾ ਦੱਸ ਸਕਦੇ ਹਾਂ ਕਿ ਹਾਂ, ਜਿਸ ਬੰਦੇ ਨੇ ਕਤਲ ਕੀਤਾ ਉਹ ਸਾਡਾ ਸ਼ੱਕੀ, ਉਹਦੇ 'ਤੇ ਨਜ਼ਰ ਹੈ, ਪਰ ਇਹ ਨਹੀਂ ਦੱਸ ਸਕਦੇ ਉਹ ਕੌਣ ਹੈ, ਕੀ ਉਹਦੀ ਉਮਰ ਹੈ, ਕਿੱਥੇ ਉਹ ਰਹਿਣ ਵਾਲਾ ਹੈ, ਜਦੋਂ ਗ੍ਰਿਫਤਾਰ ਹੋ ਜੂ ਤੁਹਾਨੂੰ ਦੱਸ ਦਿਆਂਗੇ। ਪਰ ਉਹ ਫਿਰ ਵੀ ਸਮੇਂ ਸਮੇਂ 'ਤੇ ਦੱਸਦੇ ਰਹੇ ਕਿ ਫੜ ਲਿਆ, ਛਾਪੇਮਾਰੀ ਕੀਤੀ ਹੈ, ਪਰ ਆਖਿਰਕਾਰ ਉਹਨਾਂ ਨੂੰ ਸੂਹ ਮਿਲਣੀ ਸ਼ੁਰੂ ਹੋ ਗਈ
कि वह तरन तारण पट्टी इलाके के नेड़े तेड़े ही रही है, क्योंकि तरन तारण पट्टी के नेड़े पिंड जौड़ा है जिहड़ा कि जगरूप रूपा का, हालांकि जगरूप रूपा तकरीबन पिछले 5 साल तो अपने पिंड नहीं सी गया, यह हो सकता कि अद्धी रात पैर के तड़के कितने जाया आता हो, पर घरदियां नाल भी उहदा कोई सलूक चंगा नहीं सी। पर आखिरकार कल जदों दिन चढ़िया पंजाब च, पंजाब पुलिस नूं कोई पक्की सूह होनी है। हुण फिर दो खबरां सामने आ रही ने, एक खबर तो जिन्होंने अखी तकिया वह पुलिस मुकाबला हुंदा, उहदे तों बाद अपनी टीम ने जाके पुछिया कि तुसीं इह दसो बई कि आ जो कुछ घटनाक्रम वापर गया इह तुसीं इत्थे आ शूटर वड़दे देखिआ, वह कुछ तो कहते जी ये थार च आए है जी, पिछे इन्हां दे पुलिस लगी हुई सी, ये भज के जाके खाली पई कोठी च चले गए जी, ते बाद दे विच पुलिस ने उन्होंने कहा बाहर निकलो बाहर निकलो, ये नहीं निकले, फिर अंदर जाके गोलियां चलाउण लग गए, तो पुलिस ने भी काफ़ी वड्डी गिणती विच इन्हां नूं घेरा पाया होया सी। एक तो खबर निकल के सामने ये आउंदी है, दूसरी ये भी पता लग रहा है कि जिहड़े बंदियां दी एक कोठी सी कोई हवेली कह लो उन्हूं कुछ भी कह लो सुन्ना पिया घर सी कि कुछ क महीने पहला इन्हां ने यह जमीन तो उहदे विच ही एक घर है मकान है वह खरीदिया सी, ते आप ये परिवार डेयरी का काम करता दुध का काम करता बिल्लू दोधी कहिंदे आ, तो उहदे पुत्तर का नाम सतनाम सिंह आ, उम्र 35 वरे है कि सतनाम सिंह उहनूं अपनी ब्रीजा कार दे विच लैके आया दोवां बंदियां नूं, मनु कुस्सा ते जगरूप रूपा नूं, उहनूं पता सी कि नवां आपां जमीन का टुकड़ा खरीदिया आ जिहड़ी अंदर मकान बनिया होया हवेली बनी हुई इत्थे कोई रहिंदा, जे इत्थे रही भी जाणगे किहड़ा किसे नूं पता लगना, पर शायद वो इस गलों अणजाण सी कि पिछली 21 तरीक तो जदों दियां वीडियोज़ मिल रही सी सीसीटीवी कैमरियां दे विच्चों, पुलिस चप्पे चप्पे ते मुस्तैद सी, पुलिस इकली इकली जानकारी उन्हां दी रख रही सी, ते उहने लिया के सवेरे इन्हां नूं अपनी उह सुन्नी पई हवेली च छड्डिया, ते पुलिस ने घेरा पा लिया जी, पुलिस ने आके आख्या कि बाहर आओ बई, उन्होंने बाहर तक की आना सी, पुलिस ते ADGP ने प्रमोद बाण साहब उन्होंने दस्सिया कि दो गैंगस्टर जगरूप रूपा ते मनु कुसा पुलिस मुकाबले च हलाक होया है, उन्हां कोले AK-47 हुण यह फिर सवाल है कि की उही AK-47 है जिहदा अंकित सेरसा ने जिक्र किया है कि मनु कुसा ने सब तो पहली गोली सिद्धू मूसे वाले नूं AK-47 नाल मारी सी, हुण उह फोरेंसिक जांच वास्ते भेज दित्तियां ने, फिर पता लगूगा कि की हथियार यह पहला सिद्धू मूसे वाले दे कतल कांड विच वी वरते गए सी जां इन्हां कोले इहदा तो इलावा हथियार सी, पर सचमुच इस पुलिस मुकाबले की चर्चा च फिरिया जी।